ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਿੰਡਾ ਰੋਪੜ ਵਿਖੇ ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ 100 ਸਾਲ ਪਹਿਲਾਂ ਦੇ ਇਤਿਹਾਸ ਨੂੰ ਫਿਰ ਰਿਪੀਟ ਕੀਤਾ ਗਿਆ ਹੈ ਜੈਤੋ ਵਿਖੇ ਗੁਰਦੁਆਰਾ ਗੰਗਸਰ ਜੁਤੀਆਂ ਦੇ ਸਹਿਤ ਚਲਦੇ ਅਖੰਡ ਪਾਠਾ ਨੂੰ ਦੇ ਅਦਬੀ ਕੀਤੀ ਗਈ ਰੋਕਿਆ ਗਿਆ ਤੇ ਪਾਠੀ ਸਿੰਘਾਂ ਨੂੰ ਜਿਹੜਾ ਹੈ ਉਹਨਾਂ ਦੀ ਕੁੱਟ ਮਾਰ ਵੀ ਕੀਤੀ ਗਈ ਜਿਸ ਦੇ ਬਦਲੇ ਵਿੱਚ ਸਿੱਖ ਸੱਤਾ ਨੇ ਮੋਰਚਾ ਲਾਇਆ ਅੱਜ ਬਿਲਕੁਲ ਉਸੇ ਤਰ੍ਹਾਂ ਕੋਤਵਾਲੀ ਗੁਰਦੁਆਰਾ ਸਾਹਿਬ ਵਿਖੇ ਵੀ ਇੱਕ ਭਦਰਪੁਰਸ਼ ਵੱਲੋਂ ਭਾਵੇਂ ਉਹ ਸਿੱਖੀ ਸਰੂਪ ਦੇ ਅੰਦਰ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਗੁਰੂ ਘਰ ਦਾ ਜਿਹੜਾ ਪ੍ਰਧਾਨ ਹੈ ਉਸ ਦਾ ਉਪ ਪਤੀਜਾ ਵੀ ਹੈ ਉਸ ਨੇ ਪਹਿਲਾ ਜੁੱਤੀ ਦੇ ਸਹਤ ਦਰਬਾਰ ਸਾਹਿਬ ਵਿੱਚ ਆਇਆ ਪਾਠੀ ਸਿੰਘਾਂ ਦੀ ਬੇਦਵੀ ਕੀਤੀ ਦਸਤਾਰਾਂ ਉਤਾਰੀਆਂ ਨੇ ਅਖੰਡ ਪਾਠ ਜਿਹੜੇ ਨੇ ਉਹ ਖੰਡਨ ਕੀਤੇ ਗਏ ਨੇ ਬੇਸ਼ੱਕ ਸੰਗਤਾਂ ਨੇ ਰੋਸ਼ ਵਿੱਚ ਆ ਕੇ ਉਸ ਨੂੰ ਫੜ ਲਿਆ ਕੁੱਟ ਮਾਰ ਵੀ ਕੀਤੀ ਪਰ ਇਹ ਰੋਜ਼ ਦੀਆਂ ਬੇਅਦਬੀਆਂ ਜਿਹੜੀਆਂ ਖਾਸ ਤੌਰ ਤੇ ਜਦੋਂ ਇਲੈਕਸ਼ਨ ਦੇ ਦਿਨ ਹੁੰਦੇ ਨੇ ਇਹ ਵਾਪਰਦੀਆਂ ਹਨ ਸਰਕਾਰ ਦੇ ਕਾਨੂੰਨ ਵਿੱਚ ਜਿਹੜੀ ਹੈ ਢਿਲਮਠ ਉਣ ਕਰਕੇ ਪ੍ਰਸ਼ਾਸਨ ਦੀ ਢਿਲਮਠ ਕਰਕੇ ਇਹ ਸਾਰਾ ਕੁਝ ਵਾਪਰਿਆ ਅੱਜ ਭਾਵੇਂ ਸੰਗਤਾਂ ਦੇ ਮਨ ਵਿੱਚ ਬਹੁਤ ਰੋਸ਼ ਹੈ ਪਰ ਪ੍ਰਸ਼ਾਸਨ ਵੱਲੋਂ بجائے ਉਸ ਨੂੰ ਸਜ਼ਾ ਦੇਣ ਦੇ ਹਾਲੇ ਤੱਕ ਵੀ ਸੰਗਤਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਨਰਮੀ ਵਰਤੋ ਤੁਸੀਂ ਸ਼ਕਤੀ ਵਿੱਚ ਨਾਓ ਜਿਵੇਂ ਨਿਹੰਗ ਸਿੰਘਾਂ ਨੇ ਵੀ ਮੋਰਚਾ ਉੱਥੇ ਲਾਇਆ ਹੋਇਆ ਹੈ ਸਾਡੀ ਸਰਕਾਰ ਕੋਲੋਂ ਵੀ ਇਹ ਮੰਗ ਹੈ ਸਰਕਾਰ ਕੋਈ ਐਸੇ ਕਾਨੂੰਨ ਬਣਾਵੇ ਪ੍ਰਸ਼ਾਸਨ ਐਸੀ ਸ਼ਕਤੀ ਵਰਤੇ ਦਿਸ ਨਾਲ ਇਹੋ ਜਿਹੇ ਦੁਖਦਈ ਜਿਹੜੀਆਂ ਘਟਨਾਵਾਂ ਨੇ ਉਹ ਨਾ ਵਾਪਰਨ ਮੈਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਰੇ ਸਿੰਘ ਸਹਿਬਾਨ ਵੱਲੋਂ ਇਸ ਦੁਖਦਈ ਘਟਨਾ ਦੀ ਜਿੱਥੇ ਪੁਰਜ਼ੋਰ ਨਿੰਦਾ ਕਰਦਾ ਹਾਂ ਉਥੇ ਨਾਲ ਦੀ ਨਾਲ ਸਰਕਾਰ ਕੋਲੋਂ ਵੀ ਇਹ ਮੰਗ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਇੱਕ ਵਾਰ ਸਜ਼ਾਏ ਮੌਤ ਦੀ ਜਿਹੜੀ ਸਜ਼ਾ ਦਿੱਤੀ ਜਾਵੇ ਅਗੋਂ ਕਿਸੇ ਦੀ ਹਿੰਮਤ ਨਾ ਪਵੇ ਇਹ ਕੰਮ ਜ਼ਰੂਰ ਕਾਨੂੰਨੀ ਤੌਰ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ